ਗੈਂਗਸਟਰ ਦੀ ਗਰਲਫ੍ਰੈਂਡ ਕਤਲਕਾਂਡ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਭਾਖੜਾ ਨਹਿਰ ਦੇ ਵਿੱਚ ਗੈਂਗਸਟਰ ਦੀ ਗਰਲਫ੍ਰੈਂਡ ਦੀ ਮ੍ਰਿਤਕ ਦੇਹ ਸੁੱਟੀ ਗਈ ਸੀ। ਜੀ ਹਾਂ, ਗੋਤੇ ਲਗਵਾ ਕੇ ਪੁਲਿਸ ਲਾਸ਼ ਲੱਭ ਰਹੀ ਹੈ। ਅੱਜ ਦੇ ਦਿਨ ਤਾਂ ਲਾਸ਼ ਨਹੀਂ ਲੱਭੀ, ਕੱਲ੍ਹ ਦੇ ਦਿਨ ਫਿਰ ਤੋਂ ਦੁਬਾਰਾ ਗੋਤੇ ਲਗਵਾਏ ਜਾਣਗੇ। ਗੋਤਾਖੋਰ ਲਗਾਤਾਰ ਭਾਲ ਕਰ ਰਹੇ ਸੀ, ਪਰ ਹੁਣ ਤੱਕ ਗੈਂਗਸਟਰ ਦੀ ਗਰਲਫ੍ਰੈਂਡ ਯਾਨੀ ਕਿ ਦਿਵਿਆ ਪਾਹੂਜਾ ਜੋ ਕਿ ਮਾਡਲ ਰਹਿ ਚੁੱਕੀ ਹੈ, ਉਸਦਾ ਕਤਲ ਹੋ ਗਿਆ ਸੀ ਬੀਤੇ ਦਿਨਾਂ ਦੇ ਵਿੱਚ, ਅਤੇ ਉਸਦੀ ਲਾਸ਼ ਨੂੰ ਪਟਿਆਲਾ BMW ਕਾਰ ਦੇ ਵਿੱਚ ਲਿਆਂਦਾ ਗਿਆ। BMW ਕਾਰ ਪਟਿਆਲਾ ਦੇ ਬੱਸ ਸਟੈਂਡ 'ਤੇ ਬਰਾਮਦ ਹੋਈ, ਜਿਸ ਤੋਂ ਬਾਅਦ ਦੋ ਸ਼ਖਸ ਗ੍ਰਿਫਤਾਰ ਕੀਤੇ ਗਏ ਅਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਦੌਰਾਨ ਇਹ ਹੁਣ ਸਾਹਮਣੇ ਆਇਆ ਕਿ ਭਾਖੜਾ ਨਹਿਰ ਦੇ ਵਿੱਚ ਉਹਨਾਂ ਨੇ ਲਾਸ਼ ਸਿੱਟ ਦਿੱਤੀ ਸੀ, ਪਰ ਹੁਣ ਤੱਕ ਲਾਸ਼ ਬਰਾਮਦ ਨਹੀਂ ਹੋਈ ਹੈ। ਹੁਣ ਕੱਲ੍ਹ ਮੁੜ ਖਨੌਰੀ ਦੇ ਵਿੱਚ ਤਲਾਸ਼ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਭਾਖੜਾ ਨਹਿਰ ਦੇ ਵਿੱਚ ਇਹ ਲਾਸ਼ ਸਿੱਟੀ ਗਈ 2 ਜਨਵਰੀ ਤੋਂ, ਗੁਰੂਗ੍ਰਾਮ ਤੋਂ ਕਤਲ ਕੀਤੀ ਗਈ ਦਿਵਿਆ ਪਾਹੂਜਾ, ਜਿਸ ਦੀ ਮ੍ਰਿਤਕ ਦੇ BMW ਕਾਰ 'ਚ ਰੱਖ ਕੇ ਪਟਿਆਲਾ ਲਿਆਂਦੀ ਗਈ, ਫਿਰ ਹੁਣ ਉਸਨੂੰ ਭਾਖੜਾ ਨਹਿਰ ਦੇ ਵਿੱਚ ਸਿੱਟ ਦਿੱਤਾ ਗਿਆ ਸੀ। ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਰਵੀ ਬੱਗਾ ਅਤੇ ਬਲਰਾਜ ਗਿੱਲ ਇਹ ਦੋਨੋਂ ਲਾਸ਼ ਰੱਖ ਕੇ ਲੈ ਕੇ ਆਏ ਸੀ, ਅਤੇ ਇਹਨਾਂ ਦੋਨਾਂ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਦੋਨੇ ਭੱਜਣ ਦੀ ਤਿਆਰੀ ਦੇ ਵਿੱਚ ਸੀ, ਤਾਂ ਉਸ ਤੋਂ ਬਾਅਦ ਪੁੱਛਗਿੱਛ ਬਾਅਦ ਪਤਾ ਚੱਲਿਆ ਕਿ ਭਾਖੜਾ ਨਹਿਰ ਦੇ ਵਿੱਚ ਲਾਸ਼ ਸਿੱਟ ਦਿੱਤੀ ਗਈ ਹੈ ਦਿਵਿਆ ਪਾਹੂਜਾ ਦੀ, ਅਤੇ ਹੁਣ ਪੁਲਿਸ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਕਿ ਦਿਵਿਆ ਪਾਹੂਜਾ ਦੀ ਡੈੱਡ ਬੋਡੀ ਮਿਲ ਜਾਵੇ। ਤਾਂ ਦੱਸ ਦਈਏ ਕਿ ਗੈਂਗਸਟਰ ਦੀ ਗਰਲਫ੍ਰੈਂਡ ਹੈ ਦਿਵਿਆ ਪਾਹੂਜਾ, ਗੈਂਗਸਟਰ ਸੰਦੀਪ ਗਡੌਲੀ ਦੀ ਗਰਲਫ੍ਰੈਂਡ ਦਿਵਿਆ ਪਾਹੂਜਾ ਦਾ ਬੀਤੇ ਦਿਨਾਂ ਦੇ ਵਿੱਚ ਗੁਰੂਗ੍ਰਾਮ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਦੀਆਂ ਕੁਝ CCTV ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਦੇ ਵਿੱਚ ਹੋਟਲ ਸਟਾਫ ਦਿਵਿਆ ਦੀ ਲਾਸ਼ ਘੜੀਸਦਾ ਹੋਇਆ ਸਾਹਮਣੇ ਆ ਰਿਹਾ ਹੈ। ਤਾਂ ਗੁਰੂਗ੍ਰਾਮ ਪੁਲਿਸ ਉਸੇ ਥਾਂ ਤੋਂ ਕੜੀਆਂ ਜੋੜਦੀ ਹੋਈ ਪਟਿਆਲਾ ਪਹੁੰਚਦੀ ਹੈ, ਜਿੱਥੇ ਉਹਨਾਂ ਨੂੰ BMW ਕਾਰ ਬਰਾਮਦ ਹੋਈ, ਜਿਸ ਦੇ ਵਿੱਚ ਦਿਵਿਆ ਦੀ ਲਾਸ਼ ਰੱਖ ਕੇ ਲਿਆਂਦੀ ਗਈ। ਉਹ ਤਸਵੀਰਾਂ ਵੀ CCTV ਦੇ ਵਿੱਚ ਕੈਦ ਹੋਈਆਂ ਸੀ, ਜਿਸ ਦੇ ਵਿੱਚ BMW ਕਾਰ ਦੇ ਅੰਦਰ ਲਾਸ਼ ਰੱਖਦੇ ਹੋਏ ਇਹ ਦੋਨੋਂ ਸ਼ਖਸ ਦਿਖਾਈ ਦੇ ਰਹੇ ਸੀ। ਤਾਂ ਦੋਨਾਂ ਤੋਂ ਪੁੱਛਗਿੱਛ ਦੌਰਾਨ ਹੁਣ ਪਤਾ ਚੱਲਿਆ ਕਿ ਇਹਨਾਂ ਨੇ ਭਾਖੜਾ ਨਹਿਰ ਦੇ ਵਿੱਚ ਲਾਸ਼ ਸਿੱਟ ਦਿੱਤੀ ਸੀ, ਅਤੇ ਹੁਣ ਲਾਸ਼ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੈਂਗਸਟਰ ਦੀ ਗਰਲਫ੍ਰੈਂਡ ਕਤਲਕਾਂਡ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਭਾਖੜਾ ਨਹਿਰ ਦੇ ਵਿੱਚ ਗੈਂਗਸਟਰ ਦੀ ਗਰਲਫ੍ਰੈਂਡ ਦੀ ਮ੍ਰਿਤਕ ਦੇਹ ਸੁੱਟੀ ਗਈ ਸੀ। ਜੀ ਹਾਂ, ਗੋਤੇ ਲਗਵਾ ਕੇ ਪੁਲਿਸ ਲਾਸ਼ ਲੱਭ ਰਹੀ ਹੈ। ਅੱਜ ਦੇ ਦਿਨ ਤਾਂ ਲਾਸ਼ ਨਹੀਂ ਲੱਭੀ, ਕੱਲ੍ਹ ਦੇ ਦਿਨ ਫਿਰ ਤੋਂ ਦੁਬਾਰਾ ਗੋਤੇ ਲਗਵਾਏ ਜਾਣਗੇ। ਗੋਤਾਖੋਰ ਲਗਾਤਾਰ ਭਾਲ ਕਰ ਰਹੇ ਸੀ, ਪਰ ਹੁਣ ਤੱਕ ਗੈਂਗਸਟਰ ਦੀ ਗਰਲਫ੍ਰੈਂਡ ਯਾਨੀ ਕਿ ਦਿਵਿਆ ਪਾਹੂਜਾ ਜੋ ਕਿ ਮਾਡਲ ਰਹਿ ਚੁੱਕੀ ਹੈ, ਉਸਦਾ ਕਤਲ ਹੋ ਗਿਆ ਸੀ ਬੀਤੇ ਦਿਨਾਂ ਦੇ ਵਿੱਚ, ਅਤੇ ਉਸਦੀ ਲਾਸ਼ ਨੂੰ ਪਟਿਆਲਾ BMW ਕਾਰ ਦੇ ਵਿੱਚ ਲਿਆਂਦਾ ਗਿਆ। BMW ਕਾਰ ਪਟਿਆਲਾ ਦੇ ਬੱਸ ਸਟੈਂਡ 'ਤੇ ਬਰਾਮਦ ਹੋਈ, ਜਿਸ ਤੋਂ ਬਾਅਦ ਦੋ ਸ਼ਖਸ ਗ੍ਰਿਫਤਾਰ ਕੀਤੇ ਗਏ ਅਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਦੌਰਾਨ ਇਹ ਹੁਣ ਸਾਹਮਣੇ ਆਇਆ ਕਿ ਭਾਖੜਾ ਨਹਿਰ ਦੇ ਵਿੱਚ ਉਹਨਾਂ ਨੇ ਲਾਸ਼ ਸਿੱਟ ਦਿੱਤੀ ਸੀ, ਪਰ ਹੁਣ ਤੱਕ ਲਾਸ਼ ਬਰਾਮਦ ਨਹੀਂ ਹੋਈ ਹੈ। ਹੁਣ ਕੱਲ੍ਹ ਮੁੜ ਖਨੌਰੀ ਦੇ ਵਿੱਚ ਤਲਾਸ਼ ਕੀਤੀ ਜਾਵੇਗੀ। ਤਾਂ ਦੱਸ ਦਈਏ ਕਿ ਭਾਖੜਾ ਨਹਿਰ ਦੇ ਵਿੱਚ ਇਹ ਲਾਸ਼ ਸਿੱਟੀ ਗਈ 2 ਜਨਵਰੀ ਤੋਂ, ਗੁਰੂਗ੍ਰਾਮ ਤੋਂ ਕਤਲ ਕੀਤੀ ਗਈ ਦਿਵਿਆ ਪਾਹੂਜਾ, ਜਿਸ ਦੀ ਮ੍ਰਿਤਕ ਦੇ BMW ਕਾਰ 'ਚ ਰੱਖ ਕੇ ਪਟਿਆਲਾ ਲਿਆਂਦੀ ਗਈ, ਫਿਰ ਹੁਣ ਉਸਨੂੰ ਭਾਖੜਾ ਨਹਿਰ ਦੇ ਵਿੱਚ ਸਿੱਟ ਦਿੱਤਾ ਗਿਆ ਸੀ। ਇਸ ਤਰੀਕੇ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਰਵੀ ਬੱਗਾ ਅਤੇ ਬਲਰਾਜ ਗਿੱਲ ਇਹ ਦੋਨੋਂ ਲਾਸ਼ ਰੱਖ ਕੇ ਲੈ ਕੇ ਆਏ ਸੀ, ਅਤੇ ਇਹਨਾਂ ਦੋਨਾਂ ਨੂੰ ਕੋਲਕਾਤਾ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਦੋਨੇ ਭੱਜਣ ਦੀ ਤਿਆਰੀ ਦੇ ਵਿੱਚ ਸੀ,
ਤਾਂ ਉਸ ਤੋਂ ਬਾਅਦ ਪੁੱਛਗਿੱਛ ਬਾਅਦ ਪਤਾ ਚੱਲਿਆ ਕਿ ਬਾਖੜਾ ਨਹਿਰ ਦੇ ਵਿੱਚ ਲਾਸ਼ ਸਿੱਟ ਦਿੱਤੀ ਗਈ ਹੈ ਦਿਵਿਆ ਪਾਹੂਜਾ ਦੀ। ਅਤੇ ਹੁਣ ਪੁਲਿਸ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ ਕਿ ਦਿਵਿਆ ਪਾਹੂਜਾ ਦੀ ਡੈੱਡ ਬੋਡੀ ਮਿਲ ਜਾਵੇ। ਤਾਂ ਦੱਸਦੀ ਹੈ ਕਿ ਗੈਂਗਸਟਰ ਦੀ ਗਰਲਫ੍ਰੈਂਡ ਹੈ ਦਿਵਿਆ ਪਾਹੂਜਾ, ਗੈਂਗਸਟਰ ਸੰਦੀਪ ਗਡੌਲੀ ਦੀ ਗਰਲਫ੍ਰੈਂਡ ਦਿਵਿਆ ਪਾਹੂਜਾ ਦਾ ਬੀਤੇ ਦਿਨਾਂ ਦੇ ਵਿੱਚ ਗੁਰੂਗ੍ਰਾਮ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਉਸ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਹੋਟਲ ਸਟਾਫ ਦਿਵਿਆ ਦੀ ਲਾਸ਼ ਘੜੀਸਦਾ ਹੋਇਆ ਸਾਹਮਣੇ ਆ ਰਿਹਾ ਹੈ। ਤਾਂ ਗੁਰੂਗ੍ਰਾਮ ਪੁਲਿਸ ਉਸੇ ਥਾਂ ਤੋਂ ਕੜੀਆਂ ਜੋੜਦੀ ਹੋਈ ਪਟਿਆਲਾ ਪਹੁੰਚਦੀ ਹੈ ਜਿੱਥੇ ਉਹਨਾਂ ਨੂੰ BMW ਕਾਰ ਬਰਾਮਦ ਹੋਈ ਜਿਸ ਦੇ ਵਿੱਚ ਦਿਵਿਆ ਦੀ ਲਾਸ਼ ਰੱਖ ਕੇ ਲਿਆਂਦੀ ਗਈ। ਉਹ ਤਸਵੀਰਾਂ ਵੀ CCTV ਦੇ ਵਿੱਚ ਕੈਦ ਹੋਈਆਂ ਸੀ ਜਿਸ ਦੇ ਵਿੱਚ BMW ਕਾਰ ਦੇ ਅੰਦਰ ਲਾਸ਼ ਰੱਖਦੇ ਹੋਏ ਇਹ ਦੋਨੋਂ ਸ਼ਖਸ ਦਿਖਾਈ ਦੇ ਰਹੇ ਸੀ। ਤਾਂ ਦੋਨਾਂ ਤੋਂ ਪੁੱਛਗਿੱਛ ਦੌਰਾਨ ਹੁਣ ਪਤਾ ਚੱਲਿਆ ਕਿ ਇਹਨਾਂ ਨੇ ਭਾਖੜਾ ਨਹਿਰ ਦੇ ਵਿੱਚ ਲਾਸ਼ ਸਿੱਟ ਦਿੱਤੀ ਸੀ ਅਤੇ ਹੁਣ ਲਾਸ਼ ਲੱਭਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।